ਕੀ ਕਰੀਏ, ਮਨ ਬਾਣੀ ਵਿੱਚ ਵੀ ਨਹੀਂ ਲੱਗਦਾ ਤੇ ਪਦਾਰਥ ਦੀ ਦੌੜ ਵੀ ਪੂਰੀ ਨਹੀਂ ਹੁੰਦੀ। ਉਦੋਂ ਅੰਦਰੋਂ ਇੱਕ ਨਾ ਅਚਬਨ ਜੀ ਲੱਗਦੀ ਏ, ਕਾਲਾਪਣ ਜਿਹਾ ਹੁੰਦਾ, ਕਿੱਦਾਂ ਕਰਾਂ ਮੈਂ। ਤੇ ਮੈਨੂੰ ਇੱਕ ਜੁਗਤ ਪੰਥਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਯਾਦ ਆਉਂਦੀ। ਮੈਂ ਕਈ ਵੇਰਾਂ ਸਟੇਜ ਤੋਂ ਇਹ ਗੱਲ ਕਹੀ, ਤਕਰੀਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਸੁਣਾ ਰਹੀ। 15 ਕੁ ਸਾਲ ਦੀ ਮੇਰੀ ਉਮਰ ਸੀ, ਮੈਂ ਗਿਆ ਵੀਰ ਜੀ ਨੂੰ, ਕਿਹਾ ਵੀਰ ਜੀ ਤੁਸੀਂ ਕਹਿੰਦੇ ਹੋ 2.5 ਘੰਟੇ ਤੂੰ ਚੌਂਕੜਾ ਨਹੀਂ ਖੋਲ੍ਹਣਾ ਅੰਮ੍ਰਿਤ ਵੇਲੇ ਉੱਠਿਆ ਕਰ, ਮੇਰਾ ਤਾਂ ਜੀ ਨਹੀਂ ਲੱਗਦਾ, ਮੈਨੂੰ ਤਾਂ ਨੀਂਦਰ ਆ ਜਾਂਦੀ ਹੈ ਬੜੀ ਜਲਦੀ, 10-15 ਮਿੰਟਾਂ 'ਚ ਮੇਰੀ ਤਾਂ ਅੱਖ ਬੰਦ ਹੋਣੀ ਸ਼ੁਰੂ ਹੋ ਜਾਂਦੀ, ਜਦੋਂ ਮੈਂ ਵਾਹਿਗੁਰੂ ਕਰਦਾ ਮੇਰਾ ਚਿੱਤ ਨਹੀਂ ਜੁੜਦਾ। ਹੁਣ ਸੱਚ ਗੱਲ ਸੀ, ਕਿਉਂਕਿ ਇੱਦਾਂ ਹੋ ਵੀ ਰਿਹਾ ਸੀ। ਅਤੇ ਵੀਰ ਜੀ ਹੱਸਣ ਲੱਗ ਗਏ, ਮੈਂ ਕਿਹਾ ਵੀਰ ਜੀ ਨਹੀਂ ਦੱਸੋ ਨਾ ਪਲੀਜ਼, ਪਿਓ ਪੁੱਤ ਵਾਲਾ ਰਿਸ਼ਤਾ ਸੀ, ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਨੇੜੇ ਹੋ ਕੇ। ਮੇਰਾ ਨਿੱਕਾ ਬਚਪਨ ਵੀ, ਜਦੋਂ ਮੈਂ 6-7 ਸਾਲ ਦਾ ਵੀ ਸੀ, ਮੈਨੂੰ ਯਾਦ ਹੈ ਮੈਂ ਕਈ ਵਾਰਾਂ ਤੁਹਾਨੂੰ ਇਹ ਗੱਲ ਕਹੀ, ਕੰਨ ਫੜ ਫੜ ਕੇ ਵੀਰ ਜੀ ਨੇ ਲਗਾ ਮਾਤਰਾ ਵੀ ਬਾਣੀ ਦੀ ਸ਼ੁੱਧਤਾ ਵੀ ਸਿਖਾਈ, ਬੱਚਿਆਂ ਨੂੰ ਬਿਠਾ ਲੈਂਦੇ ਸੀ ਸਾਰਿਆਂ ਨੂੰ ਆਪਣੇ ਅੱਗੇ। ਵੀਰ ਜੀ ਹੱਸਣ ਲੱਗ ਗਏ, ਕਹਿੰਦੇ ਨਹੀਂ ਇੱਦਾਂ ਤੇਰਾ ਮਨ ਅਜੇ ਨਹੀਂ ਲੱਗਣਾ। ਮੈਂ ਕਿਹਾ ਕਮਾਲ ਹੋ ਗਈ, ਕਿਉਂ ਨਹੀਂ ਲੱਗਣਾ? ਕਹਿੰਦੇ ਅਜੇ ਤੇਰਾ ਅੰਦਰ ਮੈਲਾ ਹੈ, ਇਹਨੂੰ ਮਾਂਜ ਪਹਿਲਾਂ ਫਿਰ ਲੱਗੇਗਾ। ਮੈਂ ਕਿਹਾ ਕਿੱਦਾਂ ਮਾਂਜਾਂ, ਮੈਨੂੰ ਤਾਂ ਮਾਂਜਣ ਦੀ ਵੀ ਯੁਗਤ ਨਹੀਂ ਆਉਂਦੀ, ਉਹ ਵੀ ਹੁਣ ਦੱਸ ਦਿਓ, ਤੁਹਾਨੂੰ ਜੇ ਨਜ਼ਰ ਹੀ ਆ ਗਿਆ ਮੇਰਾ ਮਨ ਮੈਲਾ। ਅੱਜ ਤੁਸੀਂ ਨੌਜਵਾਨ ਬੱਚੇ ਨੂੰ ਕੋਈ ਗੱਲ ਕਹੋ ਨਾ, ਉਹਨੂੰ ਚੁੱਭਦੀਏ ਕਈ, ਏਦਾਂ ਹੀ ਮੈਨੂੰ ਵੀ ਚੁੱਭੀ ਸੀ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਇਮਾਨਦਾਰੀ ਨਾਲ ਕਹਾਂ। ਮੈਂ ਕਿਹਾ ਹੁਣ ਤੁਹਾਨੂੰ ਜੇ ਨਜ਼ਰ ਆ ਗਿਆ ਮੇਰਾ ਮਨ ਮੈਲਾ, ਹੁਣ ਮੈਨੂੰ ਦੱਸ ਵੀ ਦਿਓ ਜੁਗਤ। ਫਿਰ ਹੱਸਣ ਲੱਗ ਗਏ, ਕਹਿੰਦੇ ਬੁਰਾ ਨਾ ਮਨ, ਇਹ ਸੱਚੀ ਗੱਲ ਹੈ, ਜੁਗਤ ਇਹ ਹੈ ਸੇਵਾ ਕਰ, ਪਰ ਦਿਖਾ ਕੇ ਵਾਲੀ ਸੇਵਾ ਨਾ ਕਰੀ, ਸੇਵਾ ਕਰੀ ਲੁੱਕ ਕੇ, ਕਿਸੇ ਦੂਜੇ ਤੇਰੇ ਹੱਥ ਨੂੰ ਨਾ ਪਤਾ ਲੱਗੇ ਆਹ ਹੱਥ ਸੇਵਾ ਕਰਿਆ ਹੈ। ਜੂਠੇ ਭਾਂਡੇ ਮਾਂਜ, ਚਾਹੇ ਪਿੱਛੇ ਉਦੋਂ ਬਾਥਰੂਮ ਨਵੇਂ ਨਵੇਂ ਬਣੇ ਸੀ, ਉਦੋਂ ਅਜੇ ਟੂਟੀਆਂ ਵੀ ਨਹੀਂ ਸਨ ਲੱਗੀਆਂ, ਬੜੀ ਗੰਦਗੀ ਪਈ ਰਹਿੰਦੀ ਸੀ, ਨਵਾਂ ਨਵਾਂ ਸਥਾਨ ਬਣਿਆ ਸੀ ਸੋਹਣਾ, ਜਾ ਕੇ ਕਹਿੰਦੇ ਉੱਥੇ ਪਾਣੀ ਪਾ ਨਲਕੇ ਤੋਂ ਗੇੜ ਕੇ, ਉਦੋਂ ਟੂਟੀਆਂ ਨਹੀਂ ਸਨ, ਨਲਕੇ ਤੋਂ ਗੇੜ ਕੇ ਪਾਉਣਾ ਪੈਂਦਾ ਸੀ। ਸੱਚੀ ਤੁਹਾਨੂੰ ਗੱਲ ਕਹਿੰਦਾ, ਮੈਂ ਕੋਈ ਵਡਿਆਈ ਵਾਸਤੇ ਤੁਹਾਨੂੰ ਗੱਲ ਨਹੀਂ ਸੁਣਾਈ, ਮੈਂ ਕਹਿੰਦਾ ਸੀ 5 ਮਿੰਟ 10 ਮਿੰਟ 15 ਮਿੰਟ ਬਾਅਦ ਮੇਰੀ ਅੱਖ ਲੱਗ ਜਾਂਦੀ ਹੈ, ਮੈਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਮੈਨੂੰ ਅੱਜ ਵੀ ਯਾਦ ਹੈ ਉਦੋਂ ਫਿਰ 5-5, 6-6 ਘੰਟੇ ਵੀ ਲੰਘ ਜਾਂਦੇ ਸੀ, ਕਈ ਵਾਰੀ ਚੌਂਕੜਾ ਖੋਲ੍ਹਣ ਨੂੰ ਵੀ ਦਿਲ ਨਹੀਂ ਸੀ ਕਰਦਾ, ਇੰਨਾ ਆਨੰਦ ਆਉਂਦਾ ਸੀ। ਬਾਣੀ ਪੜ੍ਹੀ ਜਾਵਾਂ, ਸਿਮਰਨ ਕਰੀ ਜਾਵਾਂ, ਕੀਰਤਨ ਸੁਣੀ ਜਾਵਾਂ, ਇਹ ਅਵਸਥਾ ਮੇਰੇ ਪਾਤਸ਼ਾਹ ਬਖਸ਼ਦੇ ਨੇ ਆਪਣੇ ਗੁਰਸਿੱਖਾਂ ਨੂੰ। ਅਤੇ ਭਲਿਓ ਮੈਂ ਤੁਹਾਨੂੰ ਬੇਨਤੀ ਕਰਾਂ, ਅਸਲ 'ਚ ਕੁਛ ਵੀ ਪੜ੍ਹਦੇ ਹੋ ਨਾ, ਥੋੜ੍ਹਾ ਪੜ੍ਹ ਲਓ ਚਾਹੇ, ਪਰ ਪ੍ਰੇਮ ਨਾਲ ਪੜ੍ਹੋ, ਉਹਦੇ ਅਹਿਸਾਸ ਵਿੱਚ ਆਪਣੇ ਮਨ ਨੂੰ ਡਬੋ ਦਿਓ, ਉਹਦੀ ਪ੍ਰਤੀਤ ਵਿੱਚ ਚਲੇ ਜਾਓ, ਉਹਦੇ ਅਰਥਾਂ ਨੂੰ ਆਪਣੇ ਅੰਦਰ ਢਾਲੋ, ਕੋਸ਼ਿਸ਼ ਕਰੋ ਜੀਵਨ ਵਿੱਚ ਉਹ ਬਾਣੀ ਵਰਤੇ, ਸੱਚ ਦਾ ਪਹਿਰਾ ਲਾਓ ਆਪਣੇ ਸਰੀਰ ਦੇ ਆਲੇ ਦੁਆਲੇ, ਨੇਤਰ ਭਟਕਣ ਲੱਗਣ ਨੇਤਰਾਂ ਨੂੰ ਰੋਕੋ, ਕੰਨ ਭਟਕਣ ਲੱਗਣ ਕੰਨਾਂ ਨਾਲ ਜੰਗ ਲੜੋ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ, ਜੰਗ ਬਾਹਰਲੀ ਨਹੀਂ ਇੱਥੇ ਅੰਦਰ ਦੀ ਗੱਲ ਹੈ, ਤਰੰਗ ਵੀ ਤਰੰਗ ਦਾ ਜਿਹੜਾ ਅੱਖਰੀ ਅਰਥ ਹੈ, ਘੋੜੇ ਦੀ ਲਗਾਮ ਨੂੰ ਵੀ ਕਹਿੰਦੇ ਨੇ, ਘੋੜੇ ਨੂੰ ਵੀ ਕਹਿੰਦੇ ਨੇ, ਅਤੇ ਮਨ ਵੀ ਸਾਡਾ ਜਿਹੜਾ ਨਾ ਘੋੜੇ ਦੀ ਨਿਆਈ ਹੈ, ਮਿੱਟ ਚਿੱਟ ਪੂਸੀਆਂ ਮਾਰ ਕੇ ਸੁਰਤ ਬੰਦੇ ਨੂੰ ਕਿਤੇ ਦਾ ਕਿਤੇ ਲੈ ਜਾਂਦੀ ਹੈ। ਉਹ ਕਹਿੰਦੇ ਸੀ ਇਹਨੂੰ ਲਗਾਮ ਪਾ ਬਾਣੀ ਦੀ, ਸਿਮਰਨ ਦੀ, ਇਹਨੂੰ ਟਕਾ, ਜਿਵੇਂ ਜਿਵੇਂ ਟਕਾਏਗਾ ਇਹਦੇ ਨਾਲ ਤੈਨੂੰ ਜੰਗ ਲੜਨੀ ਪਏਗੀ, ਇਹਦੇ ਨਾਲ ਤੈਨੂੰ ਜੂਝਣਾ ਪਏਗਾ, ਕ੍ਰੋਧ ਤੋਂ ਬਚਣਾ ਹੋਵੇ ਜੂਝਣਾ ਪੈਂਦਾ ਆਪਣੇ ਆਪੇ ਨਾਲ, ਮੈਂ ਗੁੱਸਾ ਨਹੀਂ ਕਰਨਾ ਪਰੇ ਹਟਣਾ ਹੈ, ਕਿੰਨੇ ਕਿੰਨੇ ਯਤਨ ਕਰਕੇ ਬੰਦਾ ਆਪਣੇ ਇਸ ਗੁੱਸੇ 'ਤੇ ਕਾਬੂ ਕਰ ਪਾਉਂਦਾ ਹੈ। ਸੋ ਇਹ ਜੰਗ ਜਦੋਂ ਅਸੀਂ ਲੜਦੇ ਜਾਂਦੇ ਹਾਂ,
ਸਾਡੇ ਅੰਦਰ ਫਿਰ ਜਦੋਂ ਕੁਝ ਹਲਕਾ ਫੁਲਕਾ ਪ੍ਰਾਪਤ ਹੋਣ ਲੱਗ ਜਾਂਦਾ, ਮਨ ਟਿਕਣ ਲੱਗ ਜਾਂਦਾ। ਪ੍ਰਾਪਤੀ ਕੋਈ ਰਿੱਧੀਆਂ ਸਿੱਧੀਆਂ ਨਹੀਂ ਇਕੱਠੀਆਂ ਆਉਂਦੀਆਂ ਜੀ, ਆਪਣੇ ਆਪੇ ਨੂੰ ਜੀਵਨ ਜੁਗਤ ਮਿਲ ਜਾਂਦੀ ਹੈ ਜੀਣ ਦੀ, ਅੰਦਰ ਟਿਕਣ ਲੱਗ ਜਾਂਦਾ, ਬਾਣੀ ਦਾ ਆਨੰਦ ਆਉਣ ਲੱਗ ਜਾਂਦਾ, ਬਾਣੀ ਦਾ ਰਸ ਆਉਣ ਲੱਗ ਜਾਂਦਾ। ਅਤੇ ਜਦੋਂ ਇਹ ਰਸ ਬਣਨਾ ਸ਼ੁਰੂ ਹੋ ਜਾਂਦਾ ਹੈ, ਫਿਰ ਸਹਿਜ ਸੁਭਾਏ ਸੁੱਤੇ ਸਿੱਧ ਹੀ ਜੀਵਨ ਦੇ ਵਿੱਚ ਬੜੀ ਵੱਡੀ ਤਬਦੀਲੀ ਆਉਂਦੀ। ਫਿਰ ਅੰਦਰੋਂ ਤਰਲੇ ਨਿਕਲਦੇ ਨੇ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀ ਕਬਹੂ ਹੀਏ ਤੇ, ਇਹ ਬਿਦ ਮਨ ਮੈਂ ਪਾਵੋ, ਗੁਰਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤਹਿ ਨਾ।